ਅਨਮੋਲ ਜੀ ਜਦੋਂ ਤੁਸੀਂ ਵੀ ਰਾਜਨੀਤੀ ਜਾਈ ਸੀਗੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਨਾਅਰੇ ਸੀਗਾ ਕਿ ਬਦਲਾਅ ਇਮਾਨਦਾਰੀ ਅੱਜ ਜਦੋਂ ਇੱਕ ਸੀਐਮ ਇਹ ਕਹਿੰਦਾ ਕਿ ਕੁਰਸੀ ਛੱਡਾਂਗੇ ਕਿ ਮੈਂ ਜਦੋਂ ਜਨਤਾ ਤੈਅ ਕਰੇਗੀ ਤਾਂ ਵਾਪਸ ਆਵਾਂਗਾ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਐਜ਼ ਅ ਮਿਨਿਸਟਰੀ ਦੇਖੋ ਭਾਰਤ ਦੇਸ਼ ਦੀ ਰਾਜਨੀਤੀ ਵਿੱਚ ਇੱਕ ਇਹ ਬਹੁਤ ਵੱਡਾ ਫੈਸਲਾ ਹੈ ਜਿਹੜਾ ਕਿਸੇ ਫਿਲਮਾਂ ਦੇ ਵਿੱਚ ਤੇ ਜ਼ਰੂਰ ਦੇਖਿਆ ਸੀ ਵੀ ਕੋਈ ਮੁੱਖ ਮੰਤਰੀ ਫਿਲਮ 'ਚ ਦਿਖਾਉਣ ਲਈ ਆਪਣੀ ਕੁਰਸੀ ਨੂੰ ਛੱਡ ਦੇਵੇ ਬਟ ਅ ਇਹ ਰੀਅਲ ਲਾਈਫ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਦਿੱਲੀ ਦੇ ਮੁੱਖ ਮੰਤਰੀ ਜਿਨ੍ਹਾਂ ਨੂੰ ਲਗਾਤਾਰ ਜੇਲ੍ਹ 'ਚ ਰੱਖਿਆ ਗਿਆ ਆ ਪਾਰਟੀ ਨੂੰ ਤੋੜਨ ਦੀਆਂ ਵੱਖ-ਵੱਖ ਏਜੰਸੀਆਂ ਛੱਡ ਕੇ ਕੋਸ਼ਿਸ਼ ਕੀਤੀ ਗਈ ਹਰ ਤਰੀਕੇ ਦਾ ਦਬਾਅ ਬਣਾਇਆ ਗਿਆ ਜੇਲ੍ਹ ਦੇ ਵਿੱਚ ਅਸਤੀਫਾ ਦੇ ਦੇਣ ਪਰ ਉਹ ਝੁਕੇ ਨਹੀਂ ਕਿਸੇ ਵੀ ਤਰੀਕੇ ਨਾਲ ਵਿਰੋਧੀ ਧਿਰ ਦੇ ਅੱਗੇ ਤੇ ਅੱਜ ਉਹਨਾਂ ਨੇ ਬਾਹਰ ਆ ਕੇ ਜਿਹੜਾ ਫੈਸਲਾ ਲਿਆ ਕਿ 2 ਦਿਨ ਦੇ ਬਾਅਦ ਮੈਂ ਅਸਤੀਫਾ ਦੇਣ ਜਾ ਰਿਹਾ ਹਾਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਜੋ ਸੁਪਰੀਮ ਕੋਰਟ ਕਰ ਸਕਦੀ ਸੀ ਉਹਨਾਂ ਨੇ ਸਾਡੇ ਲਈ ਕੀਤਾ ਹੁਣ ਉਸ ਤੋਂ ਬਾਅਦ ਲੋਕਾਂ ਦੀ ਅਦਾਲਤ ਇਹ ਫੈਸਲਾ ਕਰੂਗੀ ਕਿ ਅਰਵਿੰਦ ਕੇਜਰੀਵਾਲ ਗੁਨੇਗਾਰ ਹੈ ਕਿ ਇਮਾਨਦਾਰ ਹੈ ਬਹੁਤ ਵੱਡੀ ਗੱਲ ਹੈ ਜੀ ਕਿਸੇ ਲੀਡਰ ਦੇ ਦੁਆਰਾ ਇਸ ਤਰੀਕੇ ਲੋਕਾਂ 'ਚ ਕਹਿਣਾ ਕਿ ਮੈਂ ਕੰਮ ਕੀਤੇ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਉਹਨਾਂ ਨੇ 10 ਸਾਲਾਂ ਦੇ ਵਿੱਚ ਲਗਾਤਾਰ ਸਰਕਾਰ ਬਣਾਈ ਹੈ 30000 ਕਰੋੜ ਦਾ ਬਜਟ 75000 ਕਰੋੜ ਤੇ ਲੈ ਕੇ ਗਏ ਨੇ এডਿਕੇਸ਼ਨ ਸਿਸਟਮ ਬਹੁਤ ਸੋਹਣਾ ਕੀਤਾ ਹੈ ਹੈਲਥ ਸਿਸਟਮ ਸ਼ਾਨਦਾਰ ਕੀਤਾ ਹੈ ਹਰ ਚੀਜ਼ ਨੂੰ ਬਿਹਤਰੀਨ ਕੀਤਾ ਹੈ ਚਾਹੇ ਉਹ ਪਾਣੀ ਹੈ ਚਾਹੇ ਬਿਜਲੀ ਮੁਫਤ ਹੈ ਚਾਹੇ ਉਹ ਬੱਸਾਂ ਦੇ ਕਿਰਾਏ ਤੋਂ ਲੈ ਕੇ ਚਾਹੇ ਉਹ ਪੀਡਬਲਿਊਡੀ ਡਿਪਾਰਟਮੈਂਟ ਦੇ ਜਿਹੜੇ ਵੱਡੇ ਵੱਡੇ ਪੁਲਾਂ ਦੇ ਵੱਡੀਆਂ ਵੱਡੀਆਂ ਇਮਾਰਤਾਂ ਦੇ 4400 ਕਰੋੜ ਦੇ ਬਜਟ 1.5 150 ਕਰੋੜ ਉੱਤੇ ਲੈ ਜਾਂਦੇ ਸੋ ਪੈਸਾ ਬਚਾਇਆ ਸੂਲਤਾਵਾ ਵੀ ਦਿੱਤੀਆਂ ਤੇ ਬਜਟ ਨੂੰ ਵੀ ਫਾਇਦੇ ਵਿੱਚ ਲੈ ਕੇ ਗਏ ਤੇ ਦਿੱਲੀ ਦੇ ਲੋਕ ਕਿਉਂ ਨਹੀਂ ਚੁਣਨਗੇ ਇਹ ਅਸਤੀਫਾ ਦੇਣ ਦਾ ਇੱਕ ਸਿੱਧਾ ਕਾਰਨ ਹੈ ਕਿ ਉਹਨਾਂ ਦੇ ਅੰਦਰ ਇੱਕ ਕੌਨਫੀਡੈਂਸ ਹੈ ਵਿਸ਼ਵਾਸ ਹੈ ਜਦੋਂ ਬੰਦੇ ਅੰਦਰ ਆਤਮ ਵਿਸ਼ਵਾਸ ਹੋਵੇ ਵੀ ਕਿ ਮੈਂ ਇੰਨੇ ਕੰਮ ਕੀਤੇ ਨੇ ਮੈਂ ਸੱਚਾ ਮੈਂ ਅਗਨੀ ਪ੍ਰੀਖਿਆ ਦੇਣ ਨੂੰ ਤਿਆਰ ਆ ਕਿਉਂ ਵਿਰੋਧੀ ਧਿਰ ਮੇਰੇ ਤੇ ਲਗਾਤਾਰ ਲਾਂਤਾਂ ਲਾ ਰਿਹਾ ਹੈ ਕਿਉਂ ਏਜੰਸੀਆਂ ਨੂੰ ਮੇਰੇ ਪਿੱਛੇ ਛੱਡਿਆ ਜਾ ਰਿਹਾ ਹੈ ਕਿ ਜੇ ਨਾਲੇ ਉਹਨਾਂ ਨੇ ਬਹੁਤ ਸਾਰੇ ਹੋਰ ਮੁੱਖ ਮੰਤਰੀ ਜਿਹੜੇ ਭਾਜਪਾ ਤੋਂ ਬਾਹਰ ਦੇ ਮੁੱਖ ਮੰਤਰੀ ਹੈ ਜਿਨ੍ਹਾਂ ਨੂੰ ਲਗਾਤਾਰ ਜੇਲਾਂ ਚ ਫਰਜੀ ਕੇਸ ਬਣਾ ਕੇ ਸਿੱਟਿਆ ਜਾ ਰਿਹਾ ਹੈ ਉਹਨਾਂ ਲਈ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਹੈ ਕਿ ਜੇਲ੍ਹ ਦੇ ਅੰਦਰ ਅਸਤੀਫਾ ਨਾ ਦਿਓ ਕਿਉਂਕਿ ਬਹੁਤ ਸਾਰੇ ਮੁੱਖ ਮੰਤਰੀ ਦੇ ਰਹੇ ਨੇ ਕਿ ਇਹਨਾਂ ਨੇ ਕੇਸ ਬਣਾਉਣੇ ਨੇ ਇਹਨਾਂ ਨੇ ਭਾਜਪਾ ਤੋਂ ਬਾਹਰ ਦਾ ਬੰਦਾ ਬਰਦਾਸ਼ਤ ਨਹੀਂ ਕਰਨਾ ਇਹ ਇਹੀ ਇਹ ਹੁਣ ਪ੍ਰਤੀਕਿਰਿਆਣੇ ਸ਼ੁਰੂ ਹੋ ਗਈਆਂ ਕਿ ਪਹਿਲਾਂ ਕਿਉਂ ਨੇ ਦਿੱਤਾ ਇਹ ਤਾਂ ਪੋਲਿਟਿਕਲ ਸਟੰਟ ਬਾਜੀ ਆਪੋਜੀਸ਼ਨ ਜਾਂ ਬਾਕੀ ਜਿਹੜੇ ਲੀਡਰ ਨੇ ਕਹਿ ਰਹੇ ਨੇ ਹੁਣ ਨਹੀਂ ਪਹਿਲਾਂ ਕਿਉਂ ਦੇਣ ਉਹਨਾਂ ਨੇ ਅੱਜ ਆਪਣੀ ਮਰਜ਼ੀ ਦੇ ਨਾਲ ਖੁਦ ਦਿੱਤਾ ਹੈ ਬਿਨਾ ਕਿਸੇ ਸੱਤਾ ਦਾ ਲਾਲਚ ਨਹੀਂ ਕਿਸੇ ਪੈਸੇ ਦਾ ਲਾਲਚ ਨਹੀਂ ਪੈਸੇ ਦਾ ਲਾਲਚ ਹੁੰਦਾ ਤਾਂ ਉਹ ਪਹਿਲਾਂ ਇਨਕਮ ਟੈਕਸ ਦੇ ਕਮਿਸ਼ਨਰ ਰਹੇ ਨੇ ਪੈਸਾ ਕਮਾ ਨਹੀਂ ਸਕਦੇ ਸੀ ਗੱਲ ਇਹ ਆ ਵੀ ਉਹਨਾਂ ਨੇ ਕਿਹਾ ਵੀ ਮੈਂ ਅੱਜ ਤੱਕ ਮੇਰੇ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਇਮਾਨਦਾਰੀ ਤੇ ਇੱਜ਼ਤ ਕਮਾਈ ਹੈ ਤੇ ਮੇਰੇ ਦੇਸ਼ ਦੀਏ ਵਿਰੋਧੀ ਜਿਹੜੀ ਸੱਤਾਧਾਰੀ ਧਿਰ ਹੈ ਉਨੇ ਜਿਹੜੇ ਸਾਡੇ ਵਿਰੋਧੀ ਨੇ ਸਾਡੇ ਉੱਤੇ ਦਬਾਉਣ ਦਾ ਸਾਨੂੰ ਭ੍ਰਿਸ਼ਟਾਚਾਰੀ ਸਾਬਤ ਕਰਨ ਦਾ ਬਲਕਿ ਦੇਸ਼ ਦੀ ਸਬਸਟ ਆਫ ਕਰਪਟ ਪਾਰਟੀ ਭਾਜਪਾ ਪਾਰਟੀ ਹੈ ਦੇਸ਼ ਦਾ ਸਭ ਤੋਂ ਅੱਜ ਤੱਕ ਦਾ ਇਤਿਹਾਸ ਦਾ ਸਭ ਤੋਂ ਭ੍ਰਿਸ਼ਟਾਚਾਰੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਸਾਰਾ ਕੁਝ ਹੋਣ ਦੇ ਬਾਵਜੂਦ ਤੁਸੀਂ ਦੇਸ਼ ਦੇ ਸਭ ਤੋਂ ਇਮਾਨਦਾਰ ਮੁੱਖ ਮੰਤਰੀ ਨੂੰ ਇਸ ਲਈ ਜੇਲ੍ਹ ਚ ਪਾ ਦਨੇ ਉਹ ਵੀ ਤੁਹਾਡੀ ਪਾਰਟੀ ਖਤਮ ਕਰਨੀ ਹੈ ਕਿਉਂਕਿ ਕੱਲ ਨੂੰ ਤੁਸੀਂ ਪ੍ਰਧਾਨ ਮੰਤਰੀ ਦੀ ਕੁਰਸੀ ਲਈ ਖਤਰਾ ਹੋ ਸਕਦੇ ਹੋ ਜੇ ਉਹਨਾਂ ਨੇ ਸਨੇਹਾ ਦਿੱਤਾ ਕਿ ਜੇਲ੍ਹ ਦੇ ਅੰਦਰ ਅਸੀਂ ਝੁਕੇ ਨਹੀਂ ਅੱਜ ਮੈਂ ਲੋਕਾਂ ਸਾਹਮਣੇ ਸਮਰਪਿਤ ਕਰ ਰਿਹਾ ਆਪਣੀ ਕੁਰਸੀ ਤੋਂ ਅਸਤੀਫਾ ਦੇ ਰਿਹਾ ਲੋਕ ਮੈਨੂੰ ਇਹ ਦੱਸਣ ਕਿ ਮੈਂ ਸੱਚਾ ਮੈਂ ਇੰਨੀ ਧੇਰ ਕੰਮ ਕੀਤੀ ਹੈ ਅੱਗੇ ਦਿੱਲੀ ਦੀਆਂ ਚੋਣ ਆਉਣਗੀਆਂ ਦਿੱਲੀ ਦੇ ਲੋਕ ਮੈਨੂੰ ਵੋਟਾਂ ਪਾ ਕੇ ਜਿਤਾਉਣਗੇ ਤੇ ਮੈਂ ਦੁਬਾਰਾ ਦੁਬਾਰਾ ਜਿਹੜਾ ਹੈਗਾ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਾਂਗਾ ਹਰਿਆਣਾ ਦੇ ਇਲੈਕਸ਼ਨ ਨੇ ਕਿਉਂਕਿ ਨਾਲ-ਨਾਲ ਕਿਵੇਂ ਅਸਰ ਦੇਖਦੇ ਹੋ ਦਿੱਲੀ ਹਰਿਆਣਾ ਐਨਸੀਆਰ ਦਾ ਬਾਰਡਰ ਲੱਗਦਾ ਹੈ ਔਰ ਆਮ ਆਦੀ ਪਾਰਟੀ ਫੁੱਲ ਫਲੈਸ਼ ਉਤਰੀ ਹੈ ਹਰਿਆਣਾ ਦੇ ਇਲੈਕਸ਼ਨਾਂ 'ਚ ਦੇਖੋ ਹਰਿਆਣਾ ਦੇ ਉਹ ਜੰਮੇ ਨੇ ਹਰਿਆਣਾ ਦੇ ਪੁੱਤਰ ਨੇ ਹਰਿਆਣਾ ਤਾਂ ਪਹਿਲਾਂ ਹੀ ਪਿਆਰ ਕਰਦਾ ਉੱਪਰੋਂ ਆਪਣੇ ਜਦੋਂ ਆਪਣੇ ਜਿਹੜਾ ਰਾਜ ਦਾ ਦਿੱਲੀ ਦੇ ਚੀਫ ਮਿਨਿਸਟਰ ਦਾ ਉਹ ਇਸ ਬੋਲਡ ਤੇ ਬਹਾਦਰੀ ਭਰਿਆ ਜਿਹੜਾ ਫੈਸਲਾ ਦੇਖ ਕੇ ਹਰਿਆਣੇ 'ਚ ਜੋਸ਼ ਭਰੂਗਾ ਪਹਿਲਾਂ ਹੀ ਜਦੋਂ ਹੁਣ ਉਹ ਆਪ ਹਰਿਆਣਾ ਵਿੱਚ ਜਾਣਗੇ ਤਾਂ ਲੋਕਾਂ ਦੇ ਵਿੱਚ ਜਦੋਂ ਸਾਹਮਣੇ ਆਪਣੇ ਨੇਤਾ ਨੂੰ ਦੇਖਦੇ ਆ 10 ਗੁਣਾ ਜ਼ਿਆਦਾ ਜੋਸ਼ ਆਉਂਦਾ ਸਾਨੂੰ ਉਮੀਦ ਹੈ ਵੀ ਜਿਸ ਤਰੀਕੇ ਅਸੀਂ ਪੰਜਾਬ ਦੇ ਵਿੱਚ ਇੱਕ ਨਵੀਂ ਸੋਚ ਦਾ ਨਵੀਂ ਰਾਜਨੀਤੀ ਦਾ ਆਗਾਜ਼ ਕੀਤਾ ਨਵੀਂ ਰਾਜਨੀਤੀ ਲੈ ਕੇ ਆਏ ਆ ਉਸੇ ਤਰੀਕੇ ਹਰਿਆਣੇ ਦੇ ਲੋਕ ਤਾਂ ਉਹਨਾਂ ਦੇ ਅਰਵਿੰਦ ਕੇਜਰੀਵਾਲ ਜੀ ਹਰਿਆਣੇ ਦੇ ਆਪਣੇ ਨੇ ਸੋ ਪੂਰਾ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਣਗੇ ਤੇ ਦਿੱਲੀ ਦੇ ਵਿੱਚ ਤਾਂ ਜਿਹੜੀ ਕਮਾਲ ਹੋਣ ਵਾਲੀ ਹੈ ਦਿੱਲੀ ਦੇ ਵਿੱਚ ਜੋ ਵਿਸ਼ਵਾਸ ਦੇ ਨਾਲ ਉਹਨਾਂ ਨੇ ਕਿਹਾ ਉਹ ਉਹ ਦੇਖਣ ਲਾਇਕ ਹੋਵੇਗਾ ਨਵੇਂ ਇੱਕ ਜਿਹੜਾ ਭਾਰਤ ਦੇਸ਼ ਦੀ ਰਾਜਨੀਤੀ 'ਚ ਇੱਕ ਨਵਾਂ ਇਤਿਹਾਸ ਨਵੇਂ ਸੁਨਹਿਰੀ ਪੰਨਿਆਂ ਦੇ ਵਿੱਚ ਇੱਕ ਮੁੱਖ ਮੰਤਰੀ ਦਾ ਨਾਮ ਲਿਖਿਆ ਜਾਣਾ ਬਹੁਤ ਬਹੁਤ ਸ਼ੁਕਰੀਆ ਨੂੰ